ਫਗਵਾੜਾ ਤੇ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਕੌਮਾਂਤਰੀ ਸਟੇਸ਼ਨਾਂ ਵਜੋਂ ਬਣਾਏ ਜਾਣਗੇ ਜਿਸ ਲਈ ਫਗਵਾੜਾ ਸਟੇਸ਼ਨ ਦੇ ਲਈ 25 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਹੋ ਚੁੱਕਾ ਹੈ ਅਤੇ ਫਗਵਾੜਾ ਸ਼ਹਿਰ ਵਿੱਚ 2 ਅੰਡਰਪਾਸ ਤੇ 1 ਪੁਲ ਵੀ ਬਣਾਇਆ ਜਾਵੇਗਾ ਇਹ ਪ੍ਰਗਟਾਵਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਇੱਥੇ ਆਪਣੀ ਰਿਹਾਇਸ਼ ਤੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ ਹੈ ਅਤੇ ਦੱਸਿਆ ਕਿ ਫਗਵਾੜਾ ਰੇਲਵੇ ਸਟੇਸ਼ਨ ਨੂੰ 29 ਰੇਲਵੇ ਸਟੇਸ਼ਨ ਜੋ ਕਿ ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ ਵਿਸ਼ਵ ਪੱਧਰੀ ਸਟੇਸ਼ਨ ਵਜੋਂ ਵਿਕਸਿਤ ਕੀਤੇ ਜਾ ਰਹੇ ਹਨ ਉਸ ਵਿੱਚ ਸ਼ਾਮਲ ਕੀਤਾ ਗਿਆ ਹੈ ਉਹਨਾਂ ਕਿਹਾ ਕਿ ਰੇਲਵੇ ਸਟੇਸ਼ਨ ਦੇ ਸੁਧਾਰ ਲਈ ਨਕਸ਼ਾ ਬਣਾਇਆ ਜਾ ਰਿਹਾ ਹੈ ਇਸ ਦਾ ਮੁੱਖ ਗੇਟ ਦੇ ਨਾਲ ਨਾਲ ਭਗਤਪੁਰਾ ਪਾਸਿਓਂ ਵੀ ਪੁਲ ਨੂੰ ਜੋੜਿਆ ਜਾਵੇਗਾ ਮੈਨੂੰ ਇਹ ਦੱਸਣ 'ਚ ਬਹੁਤ ਖੁਸ਼ੀ ਹੈ ਕਿ ਇਸ ਵਾਰ ਦੇ ਜੋ ਬਜਟ ਭਾਰਤ ਸਰਕਾਰ ਨੇ ਪੇਸ਼ ਕੀਤਾ ਹੈ ਉਹਦੇ ਵਿੱਚ ਰੇਲਵੇ ਨੂੰ ਬਹੁਤ ਪਹਿਲ ਦਿੱਤੀ ਹੈ ਔਰ ਮੇਰੇ ਹਲਕੇ ਵਿੱਚ ਫਗਵਾੜਾ ਖਾਸ ਤੌਰ 'ਤੇ ਮੈਂ ਇੱਥੇ ਰਹਿੰਦਾ ਇਹ ਦੱਸਣ 'ਚ ਖੁਸ਼ੀ ਹੈ ਕਿ ਫਗਵਾੜੇ ਨੂੰ ਵਰਲਡ ਕਲਾਸ ਰੇਲਵੇ ਸਟੇਸ਼ਨ ਬਣਾਉਣ ਦਾ ਭਾਰਤ ਸਰਕਾਰ ਨੇ ਫੈਸਲਾ ਕੀਤਾ ਹੈ ਇਹ 'ਤੇ ਕਾਫੀ ਐਕਸਪੈਂਡ ਕੀਤਾ ਜਾਵੇਗਾ ਇੱਕ ਤਾਂ ਇਹਦੀ ਐਂਟਰੀ ਜਿਹੜੀ ਦੂਸਰੀ ਸਾਈਡ ਤੋਂ ਹੈ ਭਗਤਪੁਰਾ ਸਾਈਡ ਤੋਂ ਰਾਮਪੁਰਾ ਭਗਤਪੁਰਾ ਪ੍ਰੀਤਨਗਰ ਸਾਈਡ ਤੋਂ ਉੱਧਰੋਂ ਵੀ ਐਂਟਰੀ ਦਿੱਤੀ ਜਾਏਗੀ ਔਰ ਉਸ ਪਾਸੇ ਬੁਕਿੰਗ ਦਾ ਸੈਂਟਰ ਵੀ ਬਣਾਇਆ ਜਾਏਗਾ ਸਟੇਸ਼ਨ ਇੱਕ ਸਾਈਡ ਤੋਂ ਨਹੀਂ ਦੋਨੇ ਪੰਜ ਸਾਈਡ ਤੋਂ ਸਟੇਸ਼ਨ ਲੱਗੇਗਾ ਔਰ ਜਿਹੜਾ ਇੱਥੇ ਰੇਲਵੇ ਬ੍ਰਿਜ ਹੈ ਉਹ ਜਿਹੜਾ ਪੁਰਾਣਾ ਬਣਿਆ ਉਹਨੂੰ ਢਾਹ ਕੇ ਨਵਾਂ ਬਣਾਇਆ ਜਾਏਗਾ 12 ਮੀਟਰ ਚੌੜਾ ਬ੍ਰਿਜ ਹੋਏਗਾ ਔਰ ਉਹ 'ਤੇ ਐਲੀਵੇਟਰ ਵੀ ਨਾਲ ਲੱਗੇਗਾ ਜਿਹੜਾ ਪੌੜੀਆਂ ਐਲੀਵੇਟਰ ਵਾਲੀਆਂ ਔਰ ਉਹ ਵੀ ਲੱਗਣਗੀਆਂ ਇਹਦੇ ਨਾਲ ਹੀ ਜਿਹੜਾ ਸਾਰਾ ਵਾਕਿੰਗ ਏਰੀਆ ਖੁੱਲ੍ਹਾ ਏਰੀਆ ਉੱਥੇ ਗ੍ਰੇਟਰ ਟਾਇਆ ਜਾਏਗਾ ਇਸ ਤਰ੍ਹਾਂ ਹੀ ਜਿਹੜੇ ਪੋਲਸ ਨੇ ਉਹਨੂੰ ਵੀ ਬਿਊਟੀਫਾਈ ਕੀਤਾ ਜਾਏਗਾ ਅਤੇ ਉਹਦੇ ਨਾਲ ਜੋ ਸੀ ਬੈਠਣ ਲਈ ਬੈਂਚਸ ਹੈ ਉਹ ਵੀ ਅੱਛੇ ਸਟੀਲ ਦੇ ਬਣਾਏ ਜਾਣਗੇ ਬਹੁਤ ਵਧੀਆ ਉਹ ਸਟੇਸ਼ਨ ਉਹਨੂੰ ਬਣਾਉਣਾ ਉਹਦੇ ਵਿੱਚ ਵੇਟਿੰਗ ਹਾਲ ਹੈ ਵੇਟਿੰਗ ਸਟੇਸ਼ਨ ਹੈ ਵਿੱਚ ਲੋਕਾਂ ਦੀ ਬੈਠਣ ਦੀ ਜਗ੍ਹਾ ਸਾਰੀ ਬਹੁਤ ਵਧੀਆ ਕਰਨੀ ਆ ਇੰਝ ਲੱਗੇਗਾ ਤਾਂ ਸਟੇਸ਼ਨ ਬਣ ਕੇ ਤਿਆਰ ਹੋ ਜਾਏਗਾ ਜਿਵੇਂ ਦੁਨੀਆਂ ਦੇ ਵਧੀਆ ਕਿਸੇ ਸਟੇਸ਼ਨ 'ਤੇ ਤੁਸੀਂ ਆ ਰਹੇ ਹੋ ਇਸ ਤਰ੍ਹਾਂ ਸਟੇਸ਼ਨ ਬਣਾਉਣਾ ਇਹਦੇ ਜਿਹੜੇ ਵੇਟਿੰਗ ਹਾਲ ਦੇ ਨਾਲ ਨਾਲ ਅਤੇ ਜਿਹੜੇ ਪਲੇਟਫਾਰਮ ਸਾਰੇ 3 ਉਹਨਾਂ ਨੂੰ ਇੰਪਰੂਵ ਕਰਕੇ ਬਹੁਤ ਵਧੀਆ ਬਣਾਇਆ ਜਾਏਗਾ ਇਹ ਤਾਂ ਸਟੇਸ਼ਨ ਦੇ ਉੱਤੇ ਜਿੰਨਾ ਵੀ ਪੈਸਾ ਖਰਚਾ ਹੋਵੇ 25-30 ਕਰੋੜ ਰੁਪਏ 40 ਕਰੋੜ 50 ਕਰੋੜ ਜੋ ਵੀ ਖਰਚਾ ਆਏਗਾ ਉਹ ਕੀਤਾ ਜਾਏਗਾ ਔਰ ਇਹਦੀ ਡਿਵੈਲਪਮੈਂਟ ਵਰਲਡ ਕਲਾਸ ਕੀਤੀ ਜਾਏਗੀ ਦੂਸਰਾ ਜਿਹੜਾ ਕਿ ਬਹੁਤ ਸਾਰੇ ਲੋਕਾਂ ਵੱਲੋਂ ਮੰਗ ਸੀ ਕਈ ਸੰਸਥਾਵਾਂ ਲੋਕਾਂ ਵੱਲੋਂ ਜਿਹੜਾ ਵੀ ਗੋਬਿੰਦਪੁਰ ਨੂੰ ਜਾਂਦੇ ਹਾਂ ਉੱਥੋਂ ਇਸ ਸਾਈਡ ਨੂੰ ਆਉਣ ਲੱਗਿਆ ਇੱਕ ਤਾਂ ਡੈਥ ਹੋ ਜਾਵੇ ਕਿਸੇ ਨੂੰ ਸ਼ਮਸ਼ਾਨ ਘਾਟ ਜਾਣਾ ਹੋਵੇ ਉੱਥੇ ਬੜੀ ਔਖੀ ਸੀ ਲਾਈਨ ਟੱਪ ਕੇ ਜਾਣਾ ਪੈਂਦਾ ਸੀ ਉਹ ਵੀ ਇੱਕ ਗੋਬਿੰਦਪੁਰ ਜਿਹੜਾ ਸਕੂਲ ਦੇ ਕੋਲੋਂ ਉੱਧਰ ਇੰਡਸਟਰੀ ਏਰੀਆ ਸਾਈਡ ਨੂੰ ਇੱਕ ਜਿਹੜਾ ਮੰਗ ਸੀ ਅੰਡਰਬ੍ਰਿਜ ਬਣਾਉਣ ਦੀ ਉਹ ਵੀ ਮਨਜ਼ੂਰ ਕਰ ਦਿੱਤੀ ਗਈ ਹੈ ਉੱਥੇ ਕੋਈ 4-5 ਕਰੋੜ ਰੁਪਇਆ ਖਰਚ ਹੋਣਾ ਇਸ ਤਰ੍ਹਾਂ ਦੂਜਾ ਇੱਕ ਮੌਲੀ ਪਿੰਡ ਦੇ ਕੋਲ ਹੈ ਉਹ ਵੀ ਮੌਲੀ ਪਿੰਡ ਜਾਣ ਲੱਗਿਆ ਬਹੁਤ ਵੱਡੇ ਲੰਮੇ ਫਾਟਕ ਰੁਕੇ ਰਹਿੰਦੇ ਸੀ ਉਹਦੇ ਲਈ ਵੀ 4.5 ਕਰੋੜ 4.25 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਬ੍ਰਿਜ ਉੱਤੇ ਬਣਾਏ ਅੰਡਰਬ੍ਰਿਜ ਬਣਾਇਆ ਜਾਏਗਾ ਤਾਂ ਕਿ ਲੋਕਾਂ ਨੂੰ ਜਾਣ ਦੀ ਸਹੂਲਤ ਹੋਵੇ ਸਭ ਤੋਂ ਵੱਡਾ ਜਿਹੜਾ ਕੰਮ ਹੈ ਖੇੜਾ ਰੋਡ ਛੋੜਾ ਉਹ ਬ੍ਰਿਜ ਬਣਾ ਕੇ ਤਾਂ ਕਿ ਸ਼ਹਿਰ ਦੇ ਦੋਨੇ ਜਿਹੜੇ ਸਾਈਡਾਂ ਉਹਦੇ ਜਿਹੜੇ ਪਾਸੇ ਹੈ ਵਾਸਤੇ ਆਉਣਾ ਜਾਣਾ ਸੌਖਾ ਹੋਵੇ ਲੋਕਾਂ ਨੂੰ ਕੋਈ ਡਿਫੀਕਲਟੀ ਨਾ ਹੋਵੇ ਕਿਤੇ ਲੰਬਾ ਸਮਾਂ ਗੱਡੀਆਂ ਬਹੁਤ ਆਉਣ ਕਰਕੇ ਲੋਕਾਂ ਨੂੰ ਉੱਥੇ ਰੁਕਣਾ ਪੈਂਦਾ ਇਹ 3 ਪ੍ਰੋਜੈਕਟ ਅਪਰੂਵ ਹੋਏ ਨੇ ਇਹਦੇ ਬਣਨ ਨਾਲ ਬਹੁਤ ਵੱਡੀ ਸਹੂਲਤ ਲੋਕਾਂ ਨੂੰ ਆਉਣ ਵਾਲੀ ਹੈ ਸਰ ਕਦੋਂ ਤੱਕ ਸ਼ੁਰੂ ਹੁੰਦੇ ਜਾ ਸਕੇ ਜੀ ਇਹ ਜੇ ਡਰਾਇੰਗਸ ਬਣ ਰਹੀਆਂ ਨੇ ਜਦੋਂ ਵੀ ਬਣਦੇ ਸਾਰੀ ਟੈਂਡਰ ਇਹਦੇ ਕੀਤੇ ਜਾਣਗੇ ਔਰ ਸ਼ੁਰੂ ਕੰਮ ਸ਼ੁਰੂ ਕਰ ਦਿੱਤਾ ਜਾਏਗਾ ਚਲੇ ਜਿਹੜੀ ਪ੍ਰੋਜੈਕਟ ਹੈ ਸੈਂਟਰ ਸਰਕਾਰ ਦਾ ਨਾਲੇ ਯੋਗਦਾਨ ਪੰਜਾਬ ਦੇਵੇਗਾ ਇਹ 100% ਸੈਂਟਰ ਸਰਕਾਰ ਰੇਲਵੇ ਮਹਿਕਮੇ ਨੇ ਇਹਨੂੰ ਬਣਾਉਣਾ 100% ਸੈਂਟਰੀ ਸਪੋਰਟਸ ਕਿਉਂ ਪੰਜਾਬ ਸਰਕਾਰ ਦਾ ਕੋਈ ਲੈਣ ਦੇਣ ਨਹੀਂ ਹੈ